ਸਤਗੁਰੂ ਗੁਰਤੇਗ ਬਹਾਦਰ ਸਾਹਿਬ ਜਦੋਂ ਆਪਣੇ ਪਿਆਰ ਵਾਲਿਆਂ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ ਨਾ ਤੇ ਮਹਾਰਾਜ ਐਗਜ਼ੈਂਪਲ ਪਤਾ ਕਿਹਦੀ ਦਿੰਦੇ ਨੇ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ ਐਗਜ਼ੈਂਪਲ ਦਿੰਦੇ ਨੇ ਇੱਕ ਕੁੱਤੇ ਦੀ ਕਹਿੰਦੇ ਨਾਮ ਜਪਣ ਵੇਲੇ ਜੀਵਨ ਜਿਉਣ ਵੇਲੇ ਪ੍ਰਮਾਤਮਾ ਦੇ ਦਰ ਦਾ ਕੂਕਰ ਬਣ ਜਾ ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਸਵਾਨ ਤਜਤ ਨਹੀਂ ਨਿਤ ਸਵਾਨ ਕਹਿੰਦੇ ਨੇ ਡੌਗ ਨੂੰ ਕਹਿੰਦੇ ਜਿਵੇਂ ਮਾਲਕ ਦਾ ਦਰ ਨਹੀਂ ਛੱਡਦਾ ਉਹਨੂੰ ਟੁੱਕਰ ਦੀ ਆਸ ਹੁੰਦੀ ਹੈ ਕੁੱਤਾ ਆਪਣੇ ਮਾਲਕ ਦੇ ਪ੍ਰਤੀ ਨਾ ਵਫਾਦਾਰ ਹੈ ਪਰ ਮਾਫ ਕਰਨਾ ਜਦੋਂ ਜੀਟੀ ਰੋਡ ਤੇ ਡਰਾਈਵ ਕਰਦੇ ਹੋ ਜਦੋਂ ਹਾਈਵੇ ਤੇ ਗੱਡੀ ਚਲਾਉਂਦੇ ਹੋ ਤੇ ਆਮ ਤੌਰ ਤੇ ਜਦੋਂ ਵੇਖਦੇ ਉਹਨਾਂ ਕੋਈ ਸੜਕ ਦੇ ਉੱਤੇ ਕੋਈ ਜਾਨਵਰ ਮਰਿਆ ਕੋਈ ਜੀ ਮਰਿਆ ਤੇ ਸਭ ਤੋਂ ਜ਼ਿਆਦਾ ਜੀ ਸੜਕ ਦੇ ਉੱਤੇ ਕੌਣ ਮਰਦੇ ਨੇ ਕੁੱਤੇ ਕਦੇ ਤੁਸੀਂ ਗਾਵਾਂ ਮੱਝਾਂ ਘੋੜੇ ਖੋਤੇ ਆਦਕ ਹੋਰ ਬਿਲੀਆਂ ਇਹ ਸੜਕਾਂ ਤੇ ਤੁਸੀਂ ਗੱਡੀ ਥੱਲੇ ਆਇਆ ਨਹੀਂ ਦੇਖੋਗੇ ਬਹੁਤ ਘੱਟ ਸਭ ਤੋਂ ਜ਼ਿਆਦਾ ਐਕਸੀਡੈਂਟ ਹੋਣਗੇ ਕੁੱਤੇ ਦੇ ਗੱਡੀ ਥੱਲੇ ਆ ਕੇ ਮਰੇਗਾ ਕਿਉਂ ਜੇ ਉਹ ਮਾਲਕ ਦੇ ਪ੍ਰਤੀ ਇਮਾਨਦਾਰ ਹੈ ਸਤਿਗੁਰੂ ਇਮਾਨਦਾਰੀ ਦੀ ਗੱਲ ਕਰਦੇ ਆ ਕੁੱਤੇ ਦੀ ਐਗਜ਼ਾਮਪਲ ਦੇ ਰਹੇ ਨੇ ਪਰ ਸਭ ਤੋਂ ਵੱਧ ਮੋਤਾ ਕੁੱਤੇ ਦੀਆਂ ਕਿਉਂ ਹੁੰਦੀਆਂ ਨੇ ਹੁਣ ਆਪੋਜ਼ਿਟ ਗੱਲ ਹੋ ਗਈ ਨਾ ਕਾਰਨ ਇਹ ਹੈ ਜਿਹੜਾ ਕੁੱਤਾ ਆਪਣੇ ਮਾਲਕ ਦੇ ਬੂਹੇ ਤੇ ਬੈਠਾ ਹੈ ਮਾਲਕ ਦੇ ਪ੍ਰਤੀ ਇਮਾਨਦਾਰ ਹੈ ਉਹ ਕੁੱਤਾ ਸਤਕਾਰਯੋਗ ਹੈ ਪਰ ਜਿਹੜਾ ਮਾਲਕ ਦਾ ਦਰ ਛੱਡ ਕੇ ਵਖ ਵਖ ਰਾਵਾਂ ਦੇ ਤੁਰ ਕੇ ਸੜਕਾਂ ਤੇ ਆ ਗਿਆ ਹੈ ਕਨਫਿਊਜ਼ ਹੋ ਗਿਆ ਹੁਣ ਕੁੱਤੇ ਦਾ ਸੁਭਾਅ ਕੀ ਹੈ ਸੜਕ ਤੇ ਜਦੋਂ ਗੱਡੀ ਜਾ ਰਹੀ ਹੈ ਨਾ ਉਹ ਇੱਕ ਕਦਮ ਅੱਗੇ ਪੁੱਟੇਗਾ ਦੋ ਕਦਮ ਪਿੱਛੇ ਪੁੱਟੇਗਾ ਉਹ ਭਲੇਖੇ 'ਚ ਪੈ ਜਾਵੇਗਾ ਮੈਂ ਅਗਾਹ ਜਾਵਾਂ ਕਿ ਪਿਛਾਂ ਜਦੋਂ ਦੁਚਿੱਤਿਤ ਪਏਗਾ ਕਿਸੇ ਗੱਡੀ ਦੇ ਤਾਇਰ ਥਲੇ ਆ ਜਾਵੇਗਾ ਦੁਚਿੱਤੀ ਜਿਹੜੀ ਇਹ ਬੰਦੇ ਦਾ ਸਤਿਆਨਾਸ਼ ਕਰ ਦਿੰਦੀ ਜੀ। ਬੰਦੇ ਦੀ ਹਾਨੀ ਕਰ ਦਿੰਦੀ ਜੇ। ਇਸੇ ਲਈ ਸਭ ਤੋਂ ਵੱਧ ਕੁੱਤੇ ਦਾ ਐਕਸੀਡੈਂਟ ਹੁੰਦਾ ਜੇ ਔਰ ਕਿੰਨੀ ਭੈੜੀ ਮੌਤ ਹੈ। ਕਈ ਵਾਰੀ ਅਸੀਂ ਕਹਿੰਨਾ ਵੀ ਫਲਾਣਾ ਬੰਦਾ ਕੁੱਤੇ ਦੀ ਮੌਤ ਮਰਿਆ। ਯਾਨੀ ਕਿ ਕਿੰਨਾ ਭੈੜਾ ਲਫ਼ਜ਼ ਹੈ। ਇਹ ਕਿਵੇਂ ਹੋਇਆ? ਜਦੋਂ ਮਾਲਕ ਦਾ ਦਰ ਛੱਡ ਕੇ ਤੇ ਵਖ-ਵਖ ਰਾਵਾਂ ਤੇ ਆ ਗਿਆ। ਵਖ-ਵਖ ਸੜਕਾਂ ਤੇ ਤੁਰਨ ਲੱਗ ਪਿਆ। ਇੱਕ ਮਾਰਗ ਫੜੋ, ਇੱਕ ਮਾਰਗ ਦੂਜਾ ਮਾਰਗ ਨਹੀਂ ਅਸੀਂ ਤੇ ਥਾਂ ਥਾਂ ਤੇ ਮਾਫ ਕਰਨਾ ਸਾਡਾ ਸੋਮਵਾਰ ਵਾਲਾ ਗੁਰੂ ਕੋਈ ਹੋਰ ਹੈ ਮੰਗਲਵਾਰ ਵਾਲਾ ਕੋਈ ਹੋਰ ਹੈ ਬੁੱਧਵਾਰ ਕਿਸੇ ਹੋਰ ਦੇ ਨਾ ਦੇ ਗੱਲ ਵਿੱਚ ਕੈਂਠੇ ਪਾ ਲੈਨੇ ਆ ਵੀਰਵਾਰ ਨੂੰ ਦੇਵੀ ਦੇਵਤੇ ਪੂਜਨੇ ਆ ਸ਼ੁੱਕਰਵਾਰ ਨੂੰ ਵਰਤ ਰੱਖਨੇ ਆ ਸ਼ਨੀਵਾਰ ਨੂੰ ਗੁਜ਼ਾਰੇ ਕਾਲੇ ਛੋਲੇ ਲੈ ਕੇ ਆ ਜਾਨੇ ਜਿੰਨੇ ਦਿਹਾੜੇ ਉਹਨੇ ਸਾਡੇ ਰੱਬ ਬਣ ਬੈਠੇ ਨੇ ਤੇ ਪਿਤਾ ਜੀ ਬਾਰ ਬਾਰ ਫਰਮਾਉਂਦੇ ਨੇ ਰਾਖਾ ਏਕ ਹਮਾਰਾ ਸੁਆਮੀ ਉਹ ਕੌਣ ਹੈ ਸਰਬ ਘਟਾਂਕਾ ਅੰਤਰਜਾਮੀ ਸਗਲ ਘਟਾਂਕਾ ਅੰਤਰਜਾਮੀ ਉਸਦੇ ਲੜ ਲੱਗੀ ਬਾਹਰ-ਬਾਰ ਕੁੱਤੇ ਦੀ ਨਿਆਈ ਇੱਕ ਮਾਲਕ ਦੇ ਬਣ ਕੇ ਉਹਦੇ ਬੂਏ ਤੇ ਬੈਠੀ ਏ ਗੁਰਤੇਗ ਬਾਦਰ ਸਾਹਿਬ ਦੇ ਬਣ ਗਏ ਉਹਨਾਂ ਫਿਰ ਖੱਬੇ ਸਜੇ ਦੀ ਝਾਕ ਨਹੀਂ ਕਰਨੀ ਨਹੀਂ ਤੇ ਫਿਰ ਕੁੱਤੇ ਦਾ ਹਾਂ ਤੋਂ ਬੜਾ ਮਾਲਾ ਜਿਵੇਂ ਪਹਿਲਾਂ ਐਗਜ਼ਾਮਪਲ ਦਿੱਤੀ